ਬੁਲਾਏ। ਅੱਜ ਅਸੀਂ ਸਾਰੇ ਗਵਰਨਮੈਂਟ ਕਾਲਜ ਲੁਧਿਆਣਾ ਇਕੱਠੇ ਹੋਏ ਹਾਂ। ਅੱਜ ਇੱਥੇ ਪ੍ਰੋਫੈਸਰ ਰਸ਼ਮੀ ਭੱਲਾ ਦੀ ਨਵੀਂ ਕਿਤਾਬ ਜਦੋਂ ਪੈੜਾਂ ਬਿਖਰਦੀਆਂ ਨੇ ਉਹਦੇ 'ਤੇ ਉਹਦੀ ਰਿਲੀਜ਼ ਵੀ ਹੈ ਅਤੇ ਉਹਦੇ 'ਤੇ ਡਿਸਕਸ਼ਨ ਵੀ ਹੈ। ਬਹੁਤ ਉੱਘੇ ਵਿਦਵਾਨ ਇੱਥੇ ਪਹੁੰਚ ਰਹੇ ਨੇ ਅਤੇ ਅਸ਼ਮੀ ਬਾਰੇ ਦੋ ਗੱਲਾਂ ਨੋਟ ਕਰਨ ਵਾਲੀਆਂ ਨੇ ਕਿ ਉਹ ਕਾਮਰਸ ਦਾ ਪ੍ਰੋਫੈਸਰ ਹੈ ਪਰ ਉਹਦੀ ਸੰਵੇਦਨਾ ਸਮਾਜ ਪ੍ਰਤੀ ਬਹੁਤ ਉੱਚੀ ਹੈ ਅਤੇ ਉਹਦਾ ਰਿਜ਼ਲਟ ਇਹ ਹੈ ਕਿ ਉਹਨੇ ਇੱਕ ਪਹਿਲਾਂ ਜਿਹੜੀ ਹੈ ਕਵਿਤਾਵਾਂ ਦਾ ਸੰਗ੍ਰਹਿ ਛਾਪਿਆ ਹੈ ਅਤੇ ਇਹ ਦੂਸਰੀ ਕਿਤਾਬ ਜਿਹੜੀ ਹੈ ਉਹਦੀਆਂ ਰਿਫਲੈਕਸ਼ਨਜ਼ ਹੈ ਕਿ ਅੱਜ ਜਿਹੜੀਆਂ ਸਮਾਜ ਦੇ ਵਿੱਚ ਵਿਚਾਰ ਚੱਲ ਰਿਹਾ ਹੈ ਜਾਂ ਸਮਾਜ ਦੀਆਂ ਜਿਹੜੀਆਂ ਉਣਤਾਈਆਂ ਨੇ ਉਹਨਾਂ ਬਾਰੇ ਉਹਦਾ ਆਪਣਾ ਨਜ਼ਰੀਆ ਹੈ ਅਤੇ ਕਿਧਰੇ ਡੀਪ ਉਹਦੀ ਆਪਣੀ ਭਾਵਨਾ ਹੈ ਕਿ ਇਹਨਾਂ ਸਾਰੇ ਵਿਸ਼ਿਆਂ ਨੂੰ ਕਿਸੇ ਪੱਧਰ 'ਤੇ ਸੋਚ ਕੇ ਸਮਝ ਕੇ ਅਤੇ ਜਿਹੜੇ ਲੀਡਰ ਹੈ ਆਪਣੀ ਸੁਸਾਇਟੀ ਦੇ ਪਤਵੰਤੇ ਸੱਜਣ ਹੈ ਵਿਚਾਰਵਾਨ ਹੈ ਉਹਨਾਂ ਨੂੰ ਉਹਨਾਂ ਤੱਕ ਪਹੁੰਚਾਇਆ ਜਾਵੇ ਅਤੇ ਉਹ ਅੱਗੇ ਇਸ ਬੁੱਕ ਨੂੰ ਇੱਕ ਬੇਸ ਸਮਝ ਕੇ ਅਤੇ ਫਰਦਰ ਥਿੰਕਿੰਗ ਡਿਵੈਲਪ ਕਰਨ। ਇਸ ਕਿਤਾਬ ਦੇ ਵਿੱਚ ਖਾਸ ਕਰਕੇ ਸੈਂਸਿਟੀਵਿਟੀ ਔਰਤਾਂ ਦੇ ਬਾਰੇ, ਔਰਤ ਦੇ ਨਾਲ ਜੋ ਵਧੀਕੀਆਂ ਸਮਾਜ, ਇਸ ਫੈਕਟ ਦੇ ਬਾਵਜੂਦ ਕਿ ਅਸੀਂ ਔਰਤ ਦੀ ਪੂਜਾ ਕਰਦੇ ਹਾਂ ਦੇਵੀ ਵਜੋਂ ਅਤੇ ਫਿਰ ਵੀ ਉਹਨੂੰ ਠੀਕ ਤਰ੍ਹਾਂ ਨਹੀਂ ਟ੍ਰੀਟ ਕਰਦੇ, ਉਹਦੇ ਬਾਰੇ ਉਹਦੀ ਸੰਵੇਦਨਾ ਜਿਹੜੀ ਹੈ ਬੜੀ ਵਰਣਨਯੋਗ ਹੈ। ਪਲੱਸ ਜਿਹੜੇ ਅੱਜ ਦੇ ਕੁਰੀਤੀਆਂ ਹੈ, ਜਿਵੇਂ ਫੋਰ ਇਗਜ਼ਾਮਪਲ ਉਹ ਇਹਨਾਂ ਬਾਰੇ ਗੱਲ ਕਰਦਾ ਕਿ ਵੀ ਸਾਡੇ ਸਮਾਜ ਵਿੱਚ ਹਾਲੇ ਵੀ ਲੋਜੀਕਲ ਥਿੰਕਿੰਗ ਜਿਹੜੀ ਹੈ ਉਹਦੀ ਕਮੀ ਹੈ। ਸੋ ਅਸੀਂ ਹਾਲੇ ਵੀ ਵਹਿਮਾਂ ਭਰਮਾਂ ਦੇ ਵਿੱਚ ਉਲਝੇ ਹੋਏ ਹਾਂ। ਪਲੱਸ ਉਹ ਇਹ ਵੀ ਇਸ ਗੱਲੋਂ ਵੀ ਸੈਂਸਿਟਿਵ ਹੈ ਕਿ ਸਾਡਾ ਜਿਹੜਾ ਇਕੋਨਮੀ ਹੈ ਜਾਂ ਸੁਸਾਇਟੀ ਹੈ ਉਹ ਅਗਾਂਹ ਵਧੂ ਸੋਚ ਨਾਲ ਅਗਾਂਹ ਨਹੀਂ ਵੱਧ ਰਹੀ, ਬਲਕਿ ਸਮੇਂ ਦੇ ਨਾਲ ਜੋ ਇੰਪਰੂਵਮੈਂਟ ਮੋਰਲ ਵੈਲਿਊਜ਼ ਦੇ ਵਿੱਚ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਹੈ। ਔਰ ਮੈਂ ਸਮਝਦਾ ਕਿ ਕਿਤਾਬ ਬੜੀ ਟਾਈਮ ਸਿਰ ਰਿਲੀਜ਼ ਹੋ ਰਹੀ ਹੈ ਔਰ ਇਸ ਵੇਲੇ ਜ਼ਰੂਰਤ ਹੈ ਕਿ ਇਹਨਾਂ ਸਾਰੇ ਵਿਸ਼ਿਆਂ ਨੂੰ ਇੱਕ ਇੱਕ ਲੈ ਇੱਕ ਇੱਕ ਕਰਕੇ ਲੈ ਕੇ ਸਮਝ ਕੇ ਅਤੇ ਉਹਦੇ 'ਤੇ ਐਡ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਪੀੜ੍ਹੀ ਨੂੰ ਇਹਨਾਂ ਬਾਰੇ ਕਲੈਰਿਟੀ ਹੋਵੇ। ਅੱਜ ਅਸੀਂ ਦੇਖਦੇ ਹਾਂ ਕਿ ਆਪਣੇ ਕਾਲਜਾਂ ਵਿੱਚ, ਸਕੂਲਾਂ ਦੇ ਵਿੱਚ ਬੱਚੇ ਜਿਹੜੇ ਆ ਉਹਨਾਂ ਦੇ ਕਈ ਪ੍ਰਸ਼ਨ ਨੇ ਆਪਣੇ ਆਪਣੇ ਬਾਰੇ, ਆਪਣੇ ਪਰਿਵਾਰ ਬਾਰੇ, ਆਪਣੇ ਸਮਾਜ ਬਾਰੇ, ਦੁਨੀਆ ਬਾਰੇ। ਔਰ ਇਸ ਕਿਤਾਬ ਨੂੰ ਇੱਕ ਬੇਸ ਲੈ ਕੇ ਜੇ ਇਹਨਾਂ ਪ੍ਰਸ਼ਨਾਂ ਨੂੰ ਸਮਝਾਉਣ ਦੀ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜਾਂ ਉਹਨਾਂ ਨੂੰ ਇਹਦੇ ਨਾਲ ਇੰਗੇਜ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਮੇਰਾ ਖਿਆਲ ਹੈ ਇਹ ਇੱਕ ਬਹੁਤ ਚੰਗਾ ਉਪਰਾਲਾ ਹੋਵੇਗਾ। ਮੈਂ ਅਸ਼ਮੀ ਭੱਲਾ ਨੂੰ ਇਹਨਾਂ ਦੇ ਇਸ ਕਿਤਾਬ ਦੀ ਵਧਾਈ ਦਿੰਦਾ ਅਤੇ ਆਸ ਕਰਦਾ ਹਾਂ ਕਿ ਸਾਰੇ ਵਿਦਵਾਨ ਜੋ ਇੱਥੇ ਇਕੱਠੇ ਹੋਏ ਨੇ ਉਹ ਅੱਜ ਇਸ 'ਤੇ ਇਸ ਕਿਤਾਬ ਦੇ ਜੋ ਮੁੱਖ ਟੇਕ ਅਵੇਜ਼ ਹੈ ਉਹਨਾਂ ਨੂੰ ਲੈ ਕੇ ਅੱਗੇ ਵਧਾਉਣਗੇ ਅਤੇ ਇਹ ਇੱਕ ਡਿਸਕਸ਼ਨ ਦਾ ਸਬਜੈਕਟ ਬਣੇਗਾ। ਧੰਨਵਾਦ।